ਕੁਝ ਫਿਲਮਾਂ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ। ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ। ਗੱਲ ਕਰੀਏ ਜੱਸੀ ਗਿੱਲ ਦੀ ਮੂਵੀ, ਇਹ ਮੂਵੀ 26 ਅਪ੍ਰੈਲ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਹੈ। ਇਸ ਮੂਵੀ ਦੇ ਵਿੱਚ ਜੱਸੀ ਗਿੱਲ, ਅਮਾਇਰਾ ਦਸਤੂਰ, ਹਨੀ ਮੱਟੂ ਅਤੇ ਹੋਰ ਵੀ ਕਈ ਕਲਾਕਾਰ ਨਜ਼ਰ ਆਉਣਗੇ। ਇਸ ਮੂਵੀ ਨੂੰ ਅਮਰ ਹੁੰਦਰ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਹ ਮੂਵੀ ਸਿਨੇਮਾ ਘਰਾਂ ਵਿੱਚ ਬਹੁਤ ਵਧੀਆ ਕਾਰੋਬਾਰ ਕਰ ਰਹੀ ਹੈ ਅਤੇ ਇਸ ਮੂਵੀ ਨੂੰ ਰਿਲੀਜ਼ ਹੋਏ ਅਜੇ ਸਿਰਫ 1 ਹਫ਼ਤਾ ਹੀ ਹੋਇਆ ਹੈ ਅਤੇ ਇਹ ਮੂਵੀ ਇੱਕ ਬਹੁਤ ਵੱਡੀ ਵੈਬਸਾਈਟ 'ਤੇ ਲੀਕ ਹੋ ਗਈ ਹੈ। ਇਸ ਮੂਵੀ ਨੂੰ IMDB 'ਤੇ ਵੀ ਬਹੁਤ ਵਧੀਆ ਰੇਟਿੰਗ ਮਿਲੀ ਹੈ, 7.5 ਦੀ। ਜੇ ਗੱਲ ਕਰੀਏ ਇਸ ਮੂਵੀ ਦੀ ਲੀਕ ਬਾਰੇ, ਇਹ ਮੂਵੀ ਇੱਕ ਬਹੁਤ ਵੱਡੀ ਵੈਬਸਾਈਟ 'ਤੇ ਲੀਕ ਹੋਈ ਹੈ। ਜੇ ਤੁਸੀਂ ਦੇਖਣਾ ਚਾਹੁੰਦੇ ਜੇ ਤਾਂ ਸਾਨੂੰ ਕਮੈਂਟ ਕਰਿਓ। ਗੱਲ ਕਰੀਏ ਦੂਜੀ ਮੂਵੀ ਦੀ, ਅਤੇ ਇਸ ਮੂਵੀ ਦਾ ਨੇਮ ਹੈ ਜੱਟ ਐਂਡ ਜੂਲੀਅਟ 3। ਇਸ ਮੂਵੀ ਦੇ 3 ਪੋਸਟਰ ਸ਼ੇਅਰ ਕੀਤੇ ਗਏ ਨੇ ਅਤੇ ਇਸ ਮੂਵੀ ਦੇ ਵਿੱਚ ਦਿਲਜੀਤ ਦੋਸਾਂਝ, ਨੀਰੂ ਬਾਜਵਾ, ਜੈਸਮੀਨ ਬਾਜਵਾ, ਰਾਣਾ ਰਣਵੀਰ, ਬੀਐਨ ਸ਼ਰਮਾ, ਨਾਸਰ ਚਨਿਓਟੀ, ਅਕਰਮ ਉਦਾਸ, ਹਰਦੀਪ ਗਿੱਲ ਅਤੇ ਹੋਰ ਵੀ ਕਈ ਕਲਾਕਾਰ ਨਜ਼ਰ ਆਉਣਗੇ। ਇਸ ਮੂਵੀ ਦੇ 3 ਪੋਸਟਰ ਸ਼ੇਅਰ ਕੀਤੇ ਗਏ ਨੇ ਵੱਖਰੇ ਵੱਖਰੇ ਅਤੇ ਇਹ ਮੂਵੀ ਦੇ OTT ਰਾਈਟ ਸੇਲ ਹੋ ਗਏ ਨੇ। ਇਸ ਮੂਵੀ ਦੇ OTT ਰਾਈਟ ਚੌਪਾਲ ਦੇ ਕੋਲ ਨੇ। ਇਹ ਮੂਵੀ ਸਾਨੂੰ 28 ਜੂਨ ਨੂੰ ਸਿਨੇਮਾ ਘਰਾਂ ਦੇਖਣ ਮਿਲੂਗੀ। ਗੱਲ ਕਰੀਏ ਤੀਜੀ ਮੂਵੀ ਦੀ, ਇਹ ਮੂਵੀ ਦਾ ਨੇਮ ਹੈ ਸ਼ਾਇਰ, ਜੋ 19 ਅਪ੍ਰੈਲ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਸੀ ਅਤੇ ਸਿਨੇਮਾ ਘਰਾਂ ਵਿੱਚ ਬਹੁਤ ਵਧੀਆ ਕਾਰੋਬਾਰ ਕਰ ਰਹੀ ਹੈ। ਇਸ ਮੂਵੀ ਨੂੰ IMDB 'ਤੇ ਬਹੁਤ ਵਧੀਆ ਰੇਟਿੰਗ ਮਿਲੀ ਆ। ਇਹ ਮੂਵੀ ਨੂੰ 9 ਤੋਂ 1 ਰੇਟਿੰਗ ਮਿਲੀ ਆ। ਜੇ ਗੱਲ ਕੀਤੀ ਜਾਵੇ ਇਸ ਮੂਵੀ ਦੀ OTT ਦੇ ਬਾਰੇ, ਤਾਂ ਇੱਕ ਬਹੁਤ ਵੱਡੀ ਵੈਬਸਾਈਟ ਨੇ ਕਨਫਰਮ ਕੀਤਾ ਹੈ ਕਿ ਇਹ ਮੂਵੀ ਸਾਨੂੰ ਜੂਨ ਦੇ ਵਿੱਚ ਦੇਖਣ ਮਿਲੂਗੀ, ਯਾਨੀ ਕਿ 28 ਜੂਨ ਨੂੰ, ਜਿੱਦਣ ਜੱਟ ਐਂਡ ਜੂਲੀਅਟ 3 ਹੋਊਗੀ ਸਿਨੇਮਾ ਘਰਾਂ ਵਿੱਚ, ਉੱਦਣ ਹੀ ਇਹ ਮੂਵੀ ਸਾਨੂੰ ਚੌਪਾਲ 'ਤੇ ਦੇਖਣ ਮਿਲੂਗੀ। ਅਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅੱਗੇ ਜੋ ਵੀ ਅਪਡੇਟ ਆਏਗੀ ਅਸੀਂ ਤੁਹਾਨੂੰ ਅਪਡੇਟ ਕਰ ਦਾਂਗੇ। ਧੰਨਵਾਦ।